ਤੇ ਹੁਣ ਸਭ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ, ਪੰਜਾਬ ਦੇ ਵਿੱਚ ਕਰਫਿਊ ਨੂੰ ਹੁਣ ਹੋਰ ਵੀ ਸਖਤੀ ਦੇ ਨਾਲ ਲਾਗੂ ਕੀਤਾ ਜਾਏਗਾ। ਪੰਜਾਬ ਦੇ DGP ਦਿਨਕਰ ਗੁਪਤਾ ਦਾ ਵੱਡਾ ਬਿਆਨ ਆਇਆ ਹੈ। ਹੁਣ ਤੱਕ ਪੰਜਾਬ ਦੇ ਵਿੱਚ ਜਿਹੜਾ ਕਰਫਿਊ ਲਗਾਇਆ ਗਿਆ ਸੀ ਉਸ ਨੂੰ ਦੇਖਦੇ ਹੋਏ ਕਈ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਸੀ ਅਤੇ ਕਈ ਥਾਵਾਂ ਤੋਂ ਕਰਫਿਊ ਦੇ ਉਲੰਘਣ ਦੀਆਂ ਤਸਵੀਰਾਂ ਵੀ ਸਾਹਮਣੇ ਆਈ ਸੀ, ਜਿਸ ਦੌਰਾਨ ਪੁਲਿਸ ਸਖਤੀ ਕਰਦੀ ਹੋਈ ਦਿਖਾਈ ਦਿੱਤੀ ਸੀ। ਪਰ ਇਸ ਦੌਰਾਨ ਵੀ ਕਈ ਲੋਕ ਜਿਹੜੇ ਨੇ ਉਹ ਕਰਫਿਊ ਦਾ ਸਹੀ ਤਰੀਕੇ ਨਾਲ ਪਾਲਣ ਨਹੀਂ ਕਰ ਰਹੇ ਸੀ, ਜਿਸ ਦੇ ਚਲਦਿਆਂ ਪੰਜਾਬ ਦੇ DGP ਨੇ ਰਿਵਿਊ ਕਰਨ ਤੋਂ ਬਾਅਦ ਹੁਣ ਵੱਡਾ ਫੈਸਲਾ ਲਿਆ ਹੈ ਕਿ ਪੰਜਾਬ ਦੇ ਵਿੱਚ ਕਰਫਿਊ ਨੂੰ ਹੋਰ ਵੀ ਸਖਤੀ ਦੇ ਨਾਲ ਲਾਗੂ ਕੀਤਾ ਜਾਵੇਗਾ। ਹੁਣ ਤੱਕ ਕਰਫਿਊ ਦੇ ਉਲੰਘਣ ਦੇ ਵਿੱਚ 346 ਮਾਮਲੇ ਦਰਜ ਕੀਤੇ ਜਾ ਚੁੱਕੇ ਨੇ ਅਤੇ 320 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਅਜਿਹੇ ਦੇ ਵਿੱਚ ਵੱਡਾ ਬਿਆਨ ਪੰਜਾਬ ਦੇ DGP ਦਿਨਕਰ ਗੁਪਤਾ ਦਾ, ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਹੁਣ ਕਰਫਿਊ ਨੂੰ ਹੋਰ ਸਖਤੀ ਦੇ ਨਾਲ ਲਾਗੂ ਕੀਤਾ ਜਾਵੇਗਾ ਅਤੇ ਇਸ ਦੇ ਲਈ DC ਅਤੇ SSPs ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ। ਅਤੇ ਸਭ ਤੋਂ ਵੱਡੀ ਖਬਰ ਇਹੀ ਕਿ ਪੰਜਾਬ ਦੇ ਵਿੱਚ ਕਰਫਿਊ ਹੋਰ ਸਖਤੀ ਦੇ ਨਾਲ ਲਾਗੂ ਕੀਤਾ ਜਾਏਗਾ। ਪੰਜਾਬ ਦੇ ਲੋਕ ਸਮਝ ਜਾਣ ਇਸ ਗੱਲ ਨੂੰ ਕਿ ਕਰਫਿਊ ਲਗਾਇਆ ਗਿਆ ਹੈ, ਤੁਹਾਡੀ ਸਿਹਤ ਦੇ ਲਈ ਲਗਾਇਆ ਗਿਆ ਹੈ। ਇਸੇ ਦੇ ਚਲਦਿਆਂ ਵੱਡਾ ਫੈਸਲਾ ਲਿਆ ਹੈ DGP ਦਿਨਕਰ ਗੁਪਤਾ ਨੇ। ਦਿਨਕਰ ਗੁਪਤਾ ਨੇ ਕੀ ਕਿਹਾ ਆਪਣੇ ਬਿਆਨ ਦੇ ਵਿੱਚ, ਸੁਣਦਿਆਂ। ਅੱਜ ਮੈਂ ਸਿਚੁਏਸ਼ਨ ਦਾ ਰਿਵਿਊ ਕੀਤਾ ਹੈ ਸਾਰੇ ਕਮਿਸ਼ਨਰ ਆਫ ਪੁਲਿਸ ਔਰ SSPs ਦੇ ਨਾਲ ਸਾਰੇ ਪੰਜਾਬ ਦੇ, ਅਤੇ ਇਹ ਸਾਹਮਣੇ ਆ ਰਿਹਾ ਕਿ ਕਿਉਂਕਿ ਸਿਚੁਏਸ਼ਨ ਹਲੇ ਵੀ ਬਹੁਤ ਜਿਹੜੀ COVID-19 ਦੇ ਕਾਰਨ ਜੋ ਸਿਚੁਏਸ਼ਨ ਹੈ ਆਪਣੇ ਸੂਬੇ ਦੇ ਵਿੱਚ ਉਹ ਹਲੇ ਵੀ ਸੀਰੀਅਸ ਹੈ। ਦੁਨੀਆ ਭਰ ਦੇ ਵਿੱਚ, ਦੇਸ਼ ਭਰ ਦੇ ਵਿੱਚ ਸਿਚੁਏਸ਼ਨ ਬਹੁਤ ਸੀਰੀਅਸ ਅਤੇ ਗ੍ਰੇਵ ਬਣੀ ਹੋਈ ਹੈ। ਪੰਜਾਬ ਵਿੱਚ ਕਰੀਬ 29 ਕੇਸ ਹੁਣ ਤੱਕ ਕਨਫਰਮ ਹੋ ਚੁੱਕੇ ਨੇ ਅਤੇ ਬਾਕੀਆਂ ਦੀ ਟੈਸਟਿੰਗ ਚੱਲ ਰਹੀ ਹੈ। ਸੋ ਇਸ ਤੋਂ ਇਲਾਵਾ ਇਹਨਾਂ ਦੇ ਕੰਟੈਕਟਸ ਵਗੈਰਾ ਵੀ ਕੁਆਰੰਟਾਈਨ ਦੇ ਵਿੱਚ ਹੈਗੇ ਹੈ। ਉਹਨਾਂ ਨੂੰ ਕੁਛ ਨੂੰ ਕਰੀਬ 17,000 ਬੰਦੇ ਹੋਮ ਕੁਆਰੰਟਾਈਨ ਦੇ ਵਿੱਚ ਹੈ ਅੱਜ ਦੀ ਡੇਟ ਦੇ ਵਿੱਚ। ਸੋ ਇਹੋ ਜਿਹੀ ਸਥਿਤੀ ਦੇ ਵਿੱਚ ਸਾਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਕਰਫਿਊ ਨੂੰ ਬਹੁਤ ਸਟਰੋਂਗਲੀ ਇਨਫੋਰਸ ਕਰਾਂਗੇ। ਮੈਂ ਸਾਰੇ ਡਿਸਟ੍ਰਿਕਟ ਪੁਲਿਸ ਚੀਫਸ ਨੂੰ ਕਿਹਾ, CPs ਅਤੇ SSPs ਨੂੰ ਕਿ ਕਰਫਿਊ ਬਹੁਤ ਸਟਰੋਂਗਲੀ ਇਨਫੋਰਸ ਕਰਨਾ ਪਊਗਾ। ਔਰ 100 ਕਰੀਬ ਅਸੀਂ 346 FIRਾਂ ਦਰਜ ਕੀਤੀਆਂ, ਕਰੀਬ 350 ਅਸੀਂ FIRਾਂ ਦਰਜ ਕੀਤੀਆਂ ਅਤੇ ਕਰੀਬ 320 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਕਰਫਿਊ ਵਾਇਲੇਸ਼ਨਸ ਦੇ ਲਈ, ਕੁਆਰੰਟਾਈਨ ਵਾਇਲੇਸ਼ਨਸ ਦੇ ਲਈ। ਔਰ ਇਹ ਅਸੀਂ ਹੋਰ ਵੀ ਮਤਲਬ ਇਹਨੂੰ ਬਿਲਕੁਲ ਜ਼ੀਰੋ ਟੋਲਰੈਂਸ ਸਾਨੂੰ ਇਹ ਰੱਖਣੀ ਪੈਣੀ ਹੈ। ਅਤੇ ਸਭ ਤੋਂ ਵੱਡੀ ਖਬਰ ਇਹੀ ਕਿ ਹੁਣ ਪੰਜਾਬ ਦੇ ਵਿੱਚ ਕਰਫਿਊ ਨੂੰ ਹੋਰ ਵੀ ਸਖਤੀ ਦੇ ਨਾਲ ਲਾਗੂ ਕੀਤਾ ਜਾਵੇਗਾ। ਤੁਸੀਂ ਸੁਣ ਲਿਆ ਹੈ DGP ਦਿਨਕਰ ਗੁਪਤਾ ਦਾ ਬਿਆਨ। ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਲੋਕ ਕਰਫਿਊ ਦੇ ਨਿਯਮਾਂ ਦਾ ਪਾਲਣ ਕਰਦੇ ਦਿਖਾਈ ਨਹੀਂ ਦੇ ਰਹੇ ਸੀ, ਜਿਸ ਦੇ ਚੱਲਦੇ ਉਹਨਾਂ ਨੂੰ ਸਖ਼ਤ ਫੈਸਲਾ ਲੈਣਾ ਪਿਆ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਸਾਰੇ DC ਅਤੇ SSPs ਨੂੰ ਹੁਕਮ ਵੀ ਜਾਰੀ ਕਰ ਦਿੱਤੇ ਨੇ। ਹੁਣ ਤੱਕ ਪੰਜਾਬ ਦੇ ਵਿੱਚ ਕਰਫਿਊ ਦੇ ਉਲੰਘਣ ਦੇ ਮਾਮਲਿਆਂ ਦੇ ਵਿੱਚ 346 ਮਾਮਲੇ ਦਰਜ ਕੀਤੇ ਗਏ ਨੇ, ਜਦਕਿ 320 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ। ਅਤੇ ਤੁਹਾਨੂੰ ਦੱਸ ਦਈਏ ਕਿ ਹੁਣ ਕਰਫਿਊ ਹੋਰ ਵੀ ਸਖਤੀ ਦੇ ਨਾਲ ਪੰਜਾਬ ਪੁਲਿਸ ਵੱਲੋਂ ਲਾਗੂ ਕੀਤਾ ਜਾਏਗਾ। ਬਿਊਰੋ ਰਿਪੋਰਟ, ਪੰਜਾਬੀ ਸਰਗਰਮੀਆਂ।